ਸਰਦਾਰ ਸੁਰਜੀਤ ਸਿੰਘ ਰੱਖੜਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ NRI ਵਿੰਗ ਸ਼੍ਰੋਮਣੀ ਅਕਾਲੀ ਦਲ ਸਰਸਵਤੀ ਇਨਾਮ ਸਨਮਾਨ ਨਾਲ ਸਨਮਾਨਿਤ ਸਾਡੇ ਸਨਮਾਨਿਤ ਸਹਿਕਾਰ ਸੁਰਜੀਤ ਪਾਤਰ ਜੀ, ਡਾਕਟਰ ਰਵੇਲ ਸਿੰਘ ਸਕੱਤਰ ਪੰਜਾਬੀ ਅਕੈਡਮੀ ਦਿੱਲੀ, ਡਾਕਟਰ ਦਰਸ਼ਨ ਸਿੰਘ ਤਾਤਲਾ ਜੀ, ਅੱਜ ਵਿਸ਼ੇਸ਼ ਮਹਿਮਾਨ ਵਜੋਂ ਆਏ ਪੰਜਾਬੀ ਸਿਨੇਮਾ ਦੇ ਮਾਣ ਰਮਾਂ ਵਿੱਚ ਵੱਖ ਵੱਖ ਦੇਸ਼ਾਂ ਦੇ ਵਿੱਚੋਂ ਵੱਖ ਵੱਖ ਸੂਬਿਆਂ ਦੇ ਵਿੱਚੋਂ ਆਏ ਡੈਲੀਗੇਟ ਅਧਿਆਪਕ ਸਾਹਿਬਾਨ ਦੀਨ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਜਿਵੇਂ ਆਪ ਸਭ ਜਾਣਦੇ ਹੀ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਮੁੱਖ ਉਦੇਸ਼ ਆ ਉਹ ਪੰਜਾਬੀ ਭਾਸ਼ਾ ਅਤੇ ਸਾਹਿਤ ਅਤੇ ਸੱਭਿਆਚਾਰ ਦਾ ਵਿਕਾਸ ਕਰਨਾ ਹੈ। ਪੰਜਾਬੀ ਦਾ ਮੋਢੀ ਵਿਭਾਗ ਹੋਣ ਕਰਕੇ ਸਾਡੀ ਜ਼ਿੰਮੇਵਾਰੀ ਦੂਰੀ ਹੈ ਕਿ ਇੱਕ ਪਾਸੇ ਅਸੀਂ ਪੰਜਾਬੀ ਦਾ ਅਧਿਆਪਨ ਕਰੀਏ, ਪੰਜਾਬੀ ਵਿੱਚ ਖੋਜ ਕਰੀਏ, ਇਸ ਦੇ ਨਾਲ ਹੀ ਇੱਕ ਨਵੀਂ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀਆਂ ਸਮੱਸਿਆਵਾਂ ਪੰਜਾਬੀ ਭਾਸ਼ਾ ਨੂੰ ਨਵੇਂ ਦੌਰ ਵਿੱਚ ਪੈਦਾ ਹੋ ਰਹੀਆਂ ਉਹਨਾਂ ਨੂੰ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਆ ਜਿਹੜੇ ਉਹ ਸਾਡੇ ਭਾਰਤੀ ਪੰਜਾਬ ਤੋਂ ਇਲਾਵਾ ਬਾਹਰ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ, ਸੂਬਿਆਂ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਅਤੇ ਵਿਦੇਸ਼ਾਂ ਦੇ ਵਿੱਚ ਵੱਸਦੇ ਆ। ਪਰ ਸਾਰਿਆਂ ਦੀਆਂ ਇੱਕੋ ਜਿਹੀਆਂ ਸਮੱਸਿਆਵਾਂ ਨੇ, ਅੱਡ ਅੱਡ ਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਵੱਖ ਵੱਖ ਸਮੱਸਿਆਵਾਂ ਨੇ। ਪੰਜਾਬੀ ਕਿੱਥੇ ਕਿੱਥੇ ਵੱਸਦੇ ਆ, ਇਹਨਾਂ ਦੀ ਗੱਲ ਅਕਸਰ ਕੀਤੀ ਜਾਂਦੀ ਹੈ ਕਿ ਇਹ 150 ਮੁਲਕਾਂ ਦੇ ਵਿੱਚ ਵੱਸਦੇ ਆ ਅਤੇ ਪੰਜਾਬ ਦੇ ਵਿੱਚ 150 ਮੁਲਕਾਂ ਦੇ ਵਿੱਚ ਵੱਸਦੇ ਆ ਅਤੇ ਪੰਜਾਬ ਤੋਂ ਬਾਹਰ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਤੋਂ ਬਾਅਦ ਇਹਨਾਂ ਦੀ ਜਿਹੜੀ ਗਿਣਤੀ ਆ ਕੋਈ ਉਹ 1 ਕਰੋੜ ਦੇ ਕਰੀਬ ਅੰਕੀ ਜਾਂਦੀ ਹੈ। ਹਰਪਾਲ ਸਿੰਘ ਸ਼ੇਰਗਿੱਲ ਦੀ ਕਿਤਾਬ ਹੈਗੀ ਹੈ ਕਿ ਇੰਡੀਅਨ ਅਬਰਾਡ, ਉਹਦੇ ਵਿੱਚ 35 ਮੁਲਕਾਂ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਪਤੇ ਦਰਜ ਨੇ ਅਤੇ ਜਿੱਥੇ ਗੁਰਦੁਆਰਾ ਸਾਹਿਬ ਸਥਾਪਿਤ ਨੇ ਅਤੇ ਇਹ ਗੱਲ ਤਾਂ ਪੱਕੀ ਆ ਕਿ ਉੱਥੇ ਪੰਜਾਬੀ ਵੱਸਦੇ ਹੀ ਵੱਸਦੇ ਆ। ਪਰ ਪੰਜਾਬੀ ਨੂੰ ਅਤੇ ਗੁਰਦੁਆਰਾ ਸਾਹਿਬ ਨੂੰ ਪਰਾਏਵਾਚੀ ਨਹੀਂ ਸਮਝਿਆ ਜਾ ਸਕਦਾ। ਬਹੁਤ ਥਾਂ ਅਜਿਹੇ ਨੇ ਜਿੱਥੇ ਅੱਡੋ ਅੱਡ ਦੇਸ਼ਾਂ ਦੇ ਕਾਨੂੰਨਾਂ ਕਾਰਨ, ਖਾਸ ਕਰਕੇ ਖਾੜੀ ਦੇਸ਼ਾਂ ਦੇ ਵਿੱਚ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਕਿ ਪੰਜਾਬੀ ਗਏ ਤਾਂ ਨੇ ਪਰ ਹੋਰ ਕਾਰਨਾਂ ਕਰਕੇ ਗਏ ਨੇ, ਹੋਰ ਢੰਗਾਂ ਨਾਲ ਵਸੇ ਨੇ, ਉੱਥੇ ਗੁਰਦੁਆਰਾ ਸਾਹਿਬਾਨ ਨਹੀਂ ਵੀ ਬਣੇ ਹੋਏ। ਇਸ ਦੇ ਬਾਵਜੂਦ ਅਸੀਂ ਜਦੋਂ ਸਰਚ ਕੀਤੀ ਗੂਗਲ 'ਤੇ ਵਾਰ ਵਾਰ ਤਾਂ ਪਤਾ ਇਹ ਲੱਗਿਆ ਕਿ 35 ਦੀ ਗਿਣਤੀ ਤਾਂ ਬਹੁਤ ਘੱਟ ਹੈਗੀ ਆ, ਘੱਟੋ ਘੱਟ ਮਾ ਕੇ 95 ਦੇਸ਼ਾਂ ਦੇ ਵਿੱਚ ਇਸ ਵੇਲੇ ਮਾ ਕੇ ਗੁਰਦੁਆਰਾ ਸਾਹਿਬ ਬਣੇ ਹੋਏ ਆ। ਉੱਥੋਂ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਉੱਥੇ ਘੱਟੋ ਘੱਟ ਸਿੱਖ ਵਸੋਂ ਅਤੇ ਪੰਜਾਬੀ ਵਸੋਂ ਹੈਗੀ। ਇਹ ਗਿਣਤੀ ਸਾਡੇ ਕੋਲ ਮੁਕੰਮਲ ਨਹੀਂ, ਅਸੀਂ ਇਸ ਕਾਨਫਰੰਸ ਦੇ ਰਾਹੀਂ ਇਸ ਸੈਂਟਰ ਦੇ ਰਾਹੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਪੰਜਾਬੀ ਕਿੱਥੇ ਕਿੱਥੇ ਵਸੇ ਹੋਏ ਨੇ। ਇਕੱਲੇ ਸਿੱਖ ਹੀ ਨਹੀਂ, ਚਾਹੇ ਉਹ ਹਿੰਦੂ ਪੰਜਾਬੀ ਹੈ, ਚਾਹੇ ਉਹ ਮੁਸਲਮਾਨ ਪੰਜਾਬੀ ਆ, ਉਹਦੀ ਸਾਡੇ ਕੋਲ ਇੱਕ ਡਾਟਾ ਬਣ ਸਕੇ, ਉਹਨਾਂ ਨੂੰ ਅਸੀਂ ਇਕੱਠੇ ਕਰ ਸਕੀਏ। ਦਰਸ਼ਨ ਸਿੰਘ ਤਾਤਲਾ ਜੀ, ਸਾਰੀ ਜਿਹੜੀ ਗਿਣਤੀ ਆ ਉਹ ਬਹੁਤ ਜਿਹੜੀ ਗਿਣਤੀ ਨੂੰ ਕਹਿੰਦੇ ਕਿ ਵੱਧ ਤੋਂ ਵੱਧ ਇਹਨਾਂ ਨੂੰ ਅਸੀਂ 35 ਲੱਖ ਮੰਨਦੇ ਹਾਂ। ਪਰ ਜੇ ਮੈਂ ਕਿਹਾ ਕਿ 1 ਕਰੋੜ ਤੋਂ ਵੱਧ ਆ ਤਾਂ ਉਹਦਾ ਕਾਰਨ ਇਹ ਆ ਕਿ ਜਿਹੜੀ ਉਹਨਾਂ ਦੀ ਗਿਣਤੀ ਆ ਉਹ ਹੈ ਕਿ ਜਿਹੜੀ ਸਰਕਾਰੀ ਜਨਗਣਨਾ ਦੇ ਵਿੱਚ ਆਉਂਦੀ ਆ, ਅਤੇ ਉਹ ਜਨਗਣਨਾ ਵੀ ਜਿਹੜੀ ਹੈਗੀ ਆ ਉਹ ਕਿ ਜਿਹੜੀਆਂ ਕੈਨੇਡਾ ਦਾ ਸੈਂਸਸ ਆ ਉਹ ਜਾਂ ਜਿਹੜਾ ਬ੍ਰਿਟੇਨ ਦਾ ਸੈਂਸਸ ਆ ਉਹ ਉਹਦੇ ਵਿੱਚ ਜਿਹੜਾ ਪੁਰਾਣਾ ਹੈ। ਜਦੋਂ ਅਸੀਂ ਅੱਜ ਦੀ ਗੱਲ ਵੇਖਦੇ ਹਾਂ ਤਾਂ ਇਹ ਵੀ ਕਿ ਪੰਜਾਬੀ ਚਲੋ ਇਹ ਮਾੜਾ ਜਾਂ ਚੰਗਾ, ਬਹੁਤ ਸਾਰੇ ਅਜਿਹੇ ਵੀ ਆ ਕਿ ਜਿਹੜੇ ਕਿਸੇ ਸੈਂਸਸ ਦੇ ਵਿੱਚ ਨਹੀਂ ਆਉਂਦੇ। ਆਪਾਂ ਘੱਟੋ ਘੱਟ ਗਿਣਤੀ ਵੀ ਲਾਈਏ ਤਾਂ ਘੱਟੋ ਘੱਟ ਉਹ 50 ਲੱਖ ਦੇ ਕਰੀਬ ਬਣਦੀ ਹੈ ਕਿ ਜਿਹੜੇ ਭਾਰਤ ਤੋਂ ਅਤੇ ਪਾਕਿਸਤਾਨ ਤੋਂ ਬਾਹਰ ਵੱਸਦੇ। ਇਹਨਾਂ ਦੀ ਨੈੱਟਵਰਕਿੰਗ ਦੇ ਲਈ
ਭਾਰਤ ਸਰਕਾਰ ਵੀ ਕੋਸ਼ਿਸ਼ਾਂ ਕਰਦੀ ਹੈ, ਇਹਨਾਂ ਦੀ ਨੈਟਵਰਕਿੰਗ ਦੇ ਲਈ ਪੰਜਾਬ ਸਰਕਾਰ ਵੀ ਕੋਸ਼ਿਸ਼ਾਂ ਕਰਦੀ ਹੈ, ਪਰ ਸਾਨੂੰ ਲੱਗਦਾ ਹੈ ਕਿ ਸਿਹਤ ਦੇ ਹਵਾਲੇ ਨਾਲ, ਸੱਭਿਆਚਾਰ ਦੇ ਹਵਾਲੇ ਨਾਲ, ਕਲਚਰ ਦੇ ਹਵਾਲੇ ਨਾਲ ਸਾਨੂੰ ਇਸ ਸੰਬੰਧੀ ਸੋਚਣ ਦੀ, ਵਿਚਾਰਨ ਦੀ ਜ਼ਰੂਰਤ ਆ। ਤਾਂ ਪਹਿਲੀ ਕਾਨਫਰੰਸ ਦਾ ਜਿਹੜਾ ਅਸੀਂ ਵਿਸ਼ਾ ਰੱਖਿਆ ਤਾਂ ਮੁੱਖ ਵਿਸ਼ਾ ਇਹ ਰੱਖਿਆ ਕਿ ਪੰਜਾਬੀ ਪਛਾਣ, ਪੰਜਾਬੀ ਆਈਡੈਂਟੀ, ਉਹਨੂੰ ਅਸੀਂ ਫੋਕਸ ਦੇ ਵਿੱਚ ਲਿਆਈਏ ਕਿ ਭਾਸ਼ਾ ਦੇ ਰਾਹੀਂ, ਸਿਹਤ ਦੇ ਰਾਹੀਂ, ਸੱਭਿਆਚਾਰ ਦੇ ਹਵਾਲੇ ਨਾਲ ਇਸ ਨੂੰ ਮੁੱਢਲੇ ਰੂਪ ਦੇ ਵਿੱਚ ਇਹਦਾ ਲਿਆਈਏ। ਤੇ ਪਛਾਣ ਦਾ ਆਧਾਰ ਕੀ ਹੋ ਸਕਦਾ ਹੈ? ਤਾਂ ਪਛਾਣ ਦਾ ਆਧਾਰ ਮੂਲ ਰੂਪ ਦੇ ਵਿੱਚ ਇਹ ਹੈ ਕਿ ਜਿਨ੍ਹਾਂ ਦੀ ਜਨਮ ਭੂਮੀ ਕਿਸੇ ਸਮੇਂ ਜਾਂ ਉਹਨਾਂ ਦੇ ਬਜ਼ੁਰਗਾਂ ਦੀ ਜਨਮ ਭੂਮੀ ਕਿਸੇ ਸਮੇਂ ਪੰਜਾਬ ਰਹੀ ਹੈ, ਉਹ ਪੰਜਾਬੀ ਭਾਸ਼ਾ ਬੋਲਦੇ ਸੀ ਜਾਂ ਬੋਲਦੇ ਅੱਜ ਹੈ, ਉਹ ਸਾਰੇ ਪੰਜਾਬੀ ਨੇ। ਇਹ ਜਿਹੜੇ ਪੰਜਾਬੀ ਨੇ, ਇਹਨਾਂ ਨੇ ਇੱਕ ਆਪਣਾ ਸੱਭਿਆਚਾਰ ਉਸਾਰਿਆ ਹੋਇਆ, ਤੇ ਉਸ ਸੱਭਿਆਚਾਰ ਦੇ ਵਿੱਚੋਂ ਸਾਡੇ ਕੋਲੇ ਉਹਨਾਂ ਦੀ ਪਛਾਣ ਆ ਜਿਹੜੀ, ਉਹ ਸਾਡੇ ਕਲਾ ਰੂਪਾਂ ਦੇ ਰਾਹੀਂ ਹੁੰਦੀ ਹੈ। ਜਿਹੜੀ ਗੱਲ ਆਉਂਦੀ ਹੈ ਕਿ ਜਦੋਂ ਅਸੀਂ ਕੋਈ ਕਾਨਫਰੰਸ ਦਾ ਨਾਂ ਰੱਖਦੇ ਹਾਂ ਤਾਂ ਉਹਦੇ ਵਿੱਚ ਸ਼ਬਦ ਆਉਂਦਾ ਕਿ ਪੰਜਾਬੀ ਡੈਸਪੋਰਾ, ਤੇ ਬਹੁਤ ਵਾਰੀ ਗੱਲ ਹੁੰਦੀ ਹੈ ਕਿ ਡੈਸਪੋਰਾ ਕੀ ਆ। ਬਹੁਤ ਸਾਰੇ ਮਿੱਤਰਾਂ ਨੇ, ਕੁਛ ਨੇ ਮਜ਼ਾਕ ਨਾਲ, ਕੁਛ ਨੇ ਖੁਸ਼ੀ ਨਾਲ ਇਹ ਪੁੱਛਿਆ ਕਿ ਡੈਸਪੋਰਾ ਕੀ ਆ। ਤੇ ਡੈਸਪੋਰਾ ਜਿਹੜਾ ਇਹ ਡਿਸਪਰਸਨ ਤੋਂ ਬਣਿਆ, ਗ੍ਰੀਕ ਸ਼ਬਦ ਆ, ਡਿਸਪਰਸਨ ਦਾ ਭਾਵ ਹੈਗਾ ਡਿਸਪਰਸ ਹੋ ਜਾਣਾ, ਖਿੰਡ ਜਾਣਾ। ਜੀਵ ਗਿਆਨ ਦੇ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਕਿ ਬੀਜ ਦਾ ਜਿਹੜਾ ਖਿੰਡਣਾ ਹੈਗਾ ਉਹ ਡਿਸਪਰਸਨ ਹੈਗਾ। ਪਹਿਲਾਂ ਪਹਿਲ ਇਹ ਸਿਰਫ ਯਹੂਦੀਆਂ ਦੇ ਲਈ ਹੀ ਵਰਤਿਆ ਜਾਂਦਾ ਸੀਗਾ ਕਿ ਯਹੂਦੀ ਆ ਜਿਹੜੇ ਵਾਸਤੇ ਜੰਮਣ ਭੂਏ ਤੋਂ ਨਖੇੜੇ ਗਏ ਸੀ ਤੇ ਉਹ ਡਿਸਪਰਸਨ ਸੀ। ਪਰ ਬਾਅਦ ਦੇ ਵਿੱਚ ਇੱਕ ਅਕੈਡਮਿਕ ਕੈਟਾਗਰੀ ਵਜੋਂ, ਇੱਕ ਅਕਾਦਮਿਕ ਪ੍ਰਵਰਗ ਵਜੋਂ ਇਹ ਵਰਤਿਆ ਜਾਣ ਲੱਗ ਪਿਆ ਕਿ ਕੋਈ ਵੀ ਬੰਦਾ ਜਿਹੜਾ ਆਪਣੇ ਮੂਲ ਸਥਾਨ ਤੋਂ ਕਿਤੇ ਬਾਹਰ ਜਾ ਕੇ ਵੱਸਦਾ ਹੈ ਤਾਂ ਉਹ ਡੈਸਪੋਰਾ ਹੈ। ਇਸ ਦੇ ਲਈ ਅਸੀਂ ਪੰਜਾਬੀ ਡੈਸਪੋਰਾ ਸ਼ਬਦ ਵਰਤਿਆ। ਬਹੁਤ ਬੰਦੇ ਕਹਿੰਦੇ ਕਿ ਇਹਦਾ ਅਨੁਵਾਦ ਕਰ ਲਓ, ਬਹੁਤ ਸਾਰੀਆਂ ਚੀਜ਼ਾਂ ਅਨੁਵਾਦ ਨਹੀਂ ਹੋ ਸਕਦੀਆਂ, ਉਹ ਉਸਨੂੰ ਅਸੀਂ ਉਸੇ ਰੂਪ ਦੇ ਵਿੱਚ ਹੀ ਅਪਣਾ ਲੈਂਦੇ ਹਾਂ ਤੇ ਉਹ ਡੈਸਪੋਰਾ ਸ਼ਬਦ ਇਸ ਅਰਥਾਂ ਦੇ ਵਿੱਚ ਵਰਤਿਆ ਜਾ ਰਿਹਾ। ਤੇ ਉਹਦਾ ਪੰਜਾਬੀਕਰਨ ਇੰਨਾ ਜ਼ਿਆਦਾ ਹੋ ਰਿਹਾ ਹੈਗਾ ਕਿ ਜਿਵੇਂ ਅਸੀਂ ਸ਼ਬਦ ਵਰਤਦੇ ਹਾਂ ਸਕੂਲ, ਤਾਂ ਜਦੋਂ ਸਕੂਲ ਸ਼ਬਦ ਵਰਤਦੇ ਹਾਂ ਤੇ ਉਹਦਾ ਬਹੁ ਵਚਨ ਹੋਣਾ ਚਾਹੀਦਾ ਸਕੂਲਸ, ਪਰ ਪੰਜਾਬੀ ਦੇ ਵਿੱਚ ਅਸੀਂ ਉਹਨੂੰ ਜਦੋਂ ਪੰਜਾਬੀਕਰਨ ਕਰ ਲਿਆ ਤਾਂ ਅਸੀਂ ਉਹਨੂੰ ਫਿਰ ਸਕੂਲਾਂ ਕਹਿਣ ਲੱਗ ਪਏ ਕਿ ਸਾਡੇ ਸਕੂਲਾਂ ਵਿੱਚ ਇਉਂ ਨਹੀਂ ਹੁੰਦਾ। ਤੇ ਇਵੇਂ ਡੈਸਪੋਰਾ ਹੈ। ਤੇ ਜਦੋਂ ਅਸੀਂ ਇਹਨੂੰ ਅਕਾਦਮਿਕ ਪ੍ਰਵਰਗ ਵਜੋਂ ਦੇਖਦੇ ਹਾਂ, ਤਾਂ ਅਕਾਦਮਿਕ ਪ੍ਰਵਰਗ ਵਜੋਂ ਦੇਖਦੇ ਹਾਂ ਸਾਡੇ ਸਾਹਮਣੇ ਇੱਕ ਵੱਡੀ ਸਮੱਸਿਆ ਇਹ ਆਉਂਦੀ ਆ ਕਿ ਸਾਡੇ ਕੋਲ ਜਿਹੜਾ ਬਹੁਤਾ ਕੰਮ ਆ ਉਹ ਯਹੂਦੀਆਂ ਬਾਰੇ ਜਾਂ ਅਫਰੀਕੀਆਂ ਬਾਰੇ ਹੋਇਆ ਹੋਇਆ ਹੈਗਾ, ਕਾਲੀ ਨਸਲ ਦੇ ਲੋਕਾਂ ਬਾਰੇ ਹੋਇਆ, ਪਰ ਉਹਨਾਂ ਦੀਆਂ ਜਿਹੜੀਆਂ ਖੋਜਾਂ ਉਹ ਸਾਡੇ 'ਤੇ ਲਾਗੂ ਨਹੀਂ ਹੁੰਦੀਆਂ। ਕਾਰਨ ਉਹਦਾ ਕੀ ਹੈ ਕਿ ਸਾਡੇ 'ਤੇ ਲਾਗੂ ਕਿਉਂ ਨਹੀਂ ਹੁੰਦੀਆਂ, ਉਹਨਾਂ ਦੀ ਰਿਸਰਚ ਸਾਡੇ ਕੰਮ ਕਿਉਂ ਨਹੀਂ ਆ ਸਕਦੀ? ਕਿਉਂਕਿ ਜਿਹੜੇ ਯਹੂਦੀ ਸੀਗੇ, ਜਿਊਜ ਸੀਗੇ, ਉਹ ਜ਼ਬਰਦਸਤੀ ਆਪਦੀ ਮਾਤ ਭੂਮੀ ਦੇ ਵਿੱਚੋਂ ਅਖੇੜੇ ਗਏ ਸੀ, ਜ਼ਬਰਦਸਤੀ ਉੱਥੋਂ ਉਹਨਾਂ ਦਾ ਬਾਹਰ ਖੰਡਾ ਕੀਤਾ ਗਿਆ ਸੀ। ਤੇ ਜਿਹੜੇ ਕਾਲੇ ਸੀਗੇ ਉਹਨਾਂ ਨੂੰ ਅੰਗਰੇਜ਼ ਆਪਣੇ ਖੇਤਾਂ ਦੇ ਵਿੱਚ ਕੰਮ ਕਰਾਉਣ ਲਈ ਜ਼ਬਰਦਸਤੀ ਉੱਥੋਂ ਲੈ ਕੇ ਗਏ ਸੀ। ਪੰਜਾਬੀ ਹੈ ਜਿਹੜੇ ਬਹੁਤੇ, ਨਾ ਤਾਂ ਜ਼ਬਰਦਸਤੀ ਇੱਥੋਂ ਖੇੜੇ ਗਏ ਆ, ਨਾ ਹੀ ਇਹਨਾਂ ਨੂੰ ਕੋਈ ਜ਼ਬਰਦਸਤੀ ਇੱਥੋਂ ਚੱਕ ਕੇ ਲਿਆ, ਇਹ ਆਪਦੀ ਮਰਜ਼ੀ ਨਾਲ ਗਏ ਆ। ਇਹਨਾਂ ਦਾ ਜਿਹੜਾ ਰੰਗ ਰੂਪ ਆ ਜਾਂ ਇਹਨਾਂ ਦਾ ਜਿਹੜਾ ਸੋਚਣ ਦਾ ਢੰਗ ਆ ਉਹ ਦੂਸਰਿਆਂ ਨਾਲੋਂ ਵੱਖਰਾ, ਇਸ ਕਰਕੇ ਇਹਨਾਂ ਦਾ ਇਹਨਾਂ ਦੀ ਅਧਿਐਨ ਵੀ ਸਾਨੂੰ ਵੱਖਰੇ ਢੰਗ ਨਾਲ ਕਰਨਾ ਪਵੇਗਾ। ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਪ੍ਰਵਾਸ ਦੀ, ਤਾਂ ਵੈਸੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਵੀ ਪ੍ਰਵਾਸ ਆ ਜਿਹੜਾ ਸਾਡਾ ਹੁਣ ਦਾ ਜਿਹੜਾ ਪ੍ਰਵਾਸ ਆ, ਤਾਂ ਸਾਡੇ ਤਾਂ ਜਿਹੜਾ ਸਭ ਤੋਂ ਬਾਬਾ ਨਾਨਕ ਸਭ ਤੋਂ ਵੱਡਾ ਕਹਿ ਸਕਦੇ ਹਾਂ ਕਿ ਘੁਮਾਕੜ ਸੀ ਕਿ ਜਿਹੜੇ ਦੇਸ਼ ਵਿਦੇਸ਼ ਘੁੰਮੇ, ਪਰ ਉਹ ਅਸੀਂ ਜੋੜ ਲੈਂਦੇ ਹਾਂ ਕਿ ਵੀ ਦਲੀਪ ਸਿੰਘ ਨੂੰ ਇੰਗਲੈਂਡ ਲਿਜਾਣਾ ਜਾਂ ਨਾਮਧਾਰੀ ਸੰਪਰਦਾਇ ਦੇ ਗੁਰੂ ਸਾਹਿਬ ਨੂੰ ਰੰਗੂਨ ਦੇ ਵਿੱਚ ਜਲਾਵਤਨ ਕਰਨਾ ਜਾਂ ਮਹਾਰਾਜ ਸਾਹਿਬ ਨਾਲ ਜੋੜ ਲੈਂਦੇ ਹਾਂ, ਪਰ ਉਸ ਤੋਂ ਪਹਿਲਾਂ
ਜੇ ਅਸੀਂ ਦੇਖੀਏ ਤਾਂ ਪਿਛਲੇ ਦਿਨ ਇਹ ਖੋਜ ਆਈ ਹੈ ਕਿ ਜਿਹੜੇ ਜਿਪਸੀ ਨੇ, ਜਿਹੜੇ ਯੂਰਪ ਦੇ ਵਿੱਚ ਘੁਮਾਂਤਰੂ ਕਬੀਲਾ ਜਿਪਸੀ ਆ, ਉਹਨਾਂ ਜਿਪਸੀਆਂ ਦੇ ਬਾਰੇ ਪਹਿਲਾਂ ਭਾਸ਼ਾ ਦੇ ਆਧਾਰ ਤੇ ਕਿਹਾ ਜਾਂਦਾ ਸੀਗਾ ਕਿ ਉਹ ਪੰਜਾਬ ਦੇ ਵਿੱਚੋਂ ਗਏ ਆ। ਹੁਣ ਕਿਸੇ ਸਾਇੰਟਿਸਟ ਨੇ ਇਹ ਸਟੱਡੀ ਕੀਤੀ ਆ, ਜੈਨੇਟਿਕਸ ਦੇ ਸਾਇੰਟਿਸਟ ਨੇ ਕ੍ਰੋਮੋਸੋਮ ਦੀ ਸਟੱਡੀ ਕੀਤੀ ਆ ਕਿ ਪੰਜਾਬ ਦੇ ਕੁਛ ਜਾਤੀਆਂ ਦੇ ਕ੍ਰੋਮੋਸੋਮ ਆ ਜਿਹੜੇ ਉਹ ਜਿਪਸੀਆਂ ਨਾਲ ਮਿਲਦੇ ਆ, ਤਾਂ ਲੱਗਦਾ ਹੈ ਕਿ ਪੰਜਾਬੀਆਂ ਦਾ ਜਿਹੜਾ ਪ੍ਰਵਾਸ ਆ ਉਹ ਕਾਫੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੁਰਾਣਾ ਹੈਗਾ। ਅਮਰਜੀਤ ਚੰਦਨ ਇਹ ਕਹਿੰਦੇ ਨੇ ਕਿ ਵਲੈਤੀ ਕਿਤਾਬ ਵਿੱਚ ਕਹਿੰਦੇ ਕਿ ਸ਼ਾਇਦ ਭਾਗੜਾ ਬਰਾਦਰੀ ਪਹਿਲਾਂ ਗਈ। ਚਲੋ ਇਹ ਜਿਹੜਾ ਸਾਰਾ ਕੰਮ ਹੈ ਇਹਦਾ ਇਤਿਹਾਸ ਦੇ ਖੋਜੀਆਂ ਲਈ ਛੱਡਦੇ ਹਾਂ ਕਿ ਕਦੋਂ ਕਦੋਂ ਗਏ। ਸਾਡਾ ਜਿਹੜਾ ਹੁਣ ਦਾ ਮੁੱਖ ਮੰਤਵ ਆ ਉਹ ਹੈ ਕਿ 1960 ਤੋਂ ਬਾਅਦ ਜਿਹੜੇ ਪੰਜਾਬੀ ਬਾਹਰ ਗਏ ਨੇ ਉਹਨਾਂ ਦੀ ਬਾਹਰ ਕਿਹੜੇ ਕਿਹੜੇ ਦੇਸ਼ਾਂ ਵਿੱਚ ਕਿਸ ਕਿਸਮ ਦੀ ਸਥਿਤੀ ਹੈਗੀ ਆ ਉਹਨੂੰ ਅਸੀਂ ਸਮਝਣਾ ਚਾਹੁੰਦੇ ਹਾਂ ਇਸ ਕਾਨਫਰੰਸ ਦੇ ਰਾਹੀਂ। ਪਰ ਇਹ ਕਿ ਇਹਦੇ ਵਿੱਚ ਵੀ ਬਹੁਤ ਸਾਰੀਆਂ ਸਾਡੇ ਕੋਲ ਸਮੱਸਿਆ ਹੈ, ਆਇਡੈਂਟੀ ਦੀ ਸਮੱਸਿਆ ਅਸੀਂ ਕਿਉਂ ਲਈ ਕਿ ਉਹਦੇ ਵਿੱਚ ਬਹੁਤ ਵਾਰੀ ਇਹ ਕਿ ਪਿਛਲੇ ਦਿਨ ਤੁਹਾਨੂੰ ਪਤਾ ਹੈ ਕਿ ਬਹੁਤ ਹੀ 9/11 ਤੋਂ ਬਾਅਦ ਬਹੁਤ ਕੁਝ ਮਾੜਾ ਵਾਪਰਿਆ, ਉਹਨਾਂ ਵਿੱਚੋਂ ਇੱਕ ਇਹ ਕਿ ਵੀ ਹੇਟ ਕ੍ਰਾਈਮ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਭਰਿਆ ਹੈਗਾ। ਓਕ ਕ੍ਰੀਕ ਗੁਰਦੁਆਰੇ ਦੇ ਵਿੱਚ ਜਿਸ ਤਰ੍ਹਾਂ ਗੋਲੀਆਂ ਚਲਾਈਆਂ ਉਹਨੂੰ ਆਪਾਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਇੱਕ ਵਿਅਕਤੀ ਪਾਗਲ ਹੋ ਗਿਆ। ਇੱਕ ਵਿਅਕਤੀ ਪਾਗਲ ਹੋ ਜਾਣ ਨਾਲ ਅਸੀਂ ਆਪਣੇ ਮਨ ਨੂੰ ਧਰਵਾਸ ਦੇ ਸਕਦੇ ਹਾਂ, ਅਸਲ ਗੱਲ ਇਹ ਹੈ ਕਿ ਕੋਈ ਵਿਅਕਤੀ ਪਾਗਲ ਜਿਹੜਾ ਹੁੰਦਾ ਉਹਦੇ ਪਿੱਛੇ ਉਹਦੀ ਸਮੁਦਾਇ ਜਾਂ ਉਹਦਾ ਜਿਹੜਾ ਭਾਈਚਾਰਾ ਹੀ ਸਮੁੱਚਾ ਪਾਗਲ ਹੁੰਦਾ, ਤਾਂ ਲੱਗਦਾ ਹੈ ਕਿ ਕਿਤੇ ਹੇਟ ਕ੍ਰਾਈਮ ਦੀ ਜਿਹੜੀ ਗੱਲ ਆ ਉਹ ਹੁਣ ਅਮਰੀਕਾ ਵਰਗੇ ਦੇਸ਼ ਵਿੱਚ ਵੀ ਆ ਰਹੀ ਹੈਗੀ ਹੈ। ਇਸੇ ਤਰ੍ਹਾਂ ਹੀ ਵਾਰ ਵਾਰ ਮਸਲਾ ਪੱਗ ਦਾ ਆਉਂਦਾ ਹੈਗਾ ਕਿਉਂਕਿ ਬਾਹਰੀ ਆਈਡੈਂਟੀ ਨਾਲ ਸਾਡੇ ਜੁੜਿਆ, ਚਾਹੇ ਫਰਾਂਸ ਦੇ ਵਿੱਚ ਆ, ਚਾਹੇ ਹੁਣ ਜਤਿੰਦਰਪਾਲ ਭੁੱਲਰ ਦਾ ਕੇਸ ਆਇਆ ਹੈਗਾ ਕਿ ਕੀ ਉਹ ਪੱਗ ਦੇ ਨਾਲ ਬਿਕਿੰਗਮ ਪੈਲਸ ਦੇ ਸਾਹਮਣੇ ਗਾਰਡ ਬਣ ਸਕਦਾ ਜਾਂ ਨਹੀਂ ਬਣ ਸਕਦਾ। ਹੋਰ ਤੇ ਹੋਰ ਸਾਡੇ ਸੱਭਿਆਚਾਰ ਦੇ ਨਾਲ ਇੰਨਾ ਜ਼ਿਆਦਾ ਟਕਰਾਓ ਆ ਕਿ ਨਾਰਵੇ ਵਾਲੇ ਵਾਰ ਵਾਰ ਇਹ ਕਹਿੰਦੇ ਕਿ ਭਾਰਤੀਆਂ ਨੂੰ ਬੱਚੇ ਪਾਲਣੇ ਨਹੀਂ ਆਉਂਦੇ। ਵੈਸੇ ਇਹ ਗੱਲ ਮੈਨੂੰ ਇਉਂ ਨਹੀਂ ਮੰਨਣ ਚਾਹੁੰਦੀ ਗੀ ਕਿ ਭਾਰਤ ਦੀ ਆਬਾਦੀ ਤੇ ਨਾਰਵੇ ਦੀ ਆਬਾਦੀ ਦੇ ਵਧਣ ਦਾ ਅਨੁਪਾਤ ਕਦੇ ਵੇਖ ਲਿਆ ਜਾਵੇ, ਬੱਚੇ ਉਹਨਾਂ ਨੂੰ ਪਾਲਣੇ ਆਉਂਦੇ ਕਿ ਸਾਨੂੰ ਨਹੀਂ ਪਾਲਣੇ ਆਉਂਦੇ ਗੇ। ਇਹ ਬਾਲ ਅਧਿਕਾਰਾਂ ਦੇ ਨਾਂ ਤੇ ਮੈਂ ਕਿ ਇੱਕ ਕਮਿਊਨਿਟੀ ਨੂੰ ਕਿਤੇ ਇਹ ਬਦਨਾਮ ਕਰਨ ਦੀ ਗੱਲ ਤਾਂ ਨਹੀਂ ਗੀ, ਇਹੋ ਜਿਹੜੇ ਬਹੁਤ ਸਾਰੇ ਮਸਲੇ ਆ ਜਿਹੜੇ ਸਾਨੂੰ ਵਿਚਾਰਨੇ ਪੈਂਦੇ ਆ। ਜਦੋਂ ਅਸੀਂ ਪੰਜਾਬੀ ਆਈਡੈਂਟੀ ਦੀ ਗੱਲ ਕਰਦੇ ਹਾਂ ਤਾਂ ਉਹ ਮਸਲਾ ਹੋਰ ਇਸ ਕਰਕੇ ਸਾਡੇ ਲਈ ਉਲਝਿਆ ਹੋਇਆ ਕਿ ਜਦੋਂ ਬੰਦਾ ਪਾਸਪੋਰਟ ਬਣਾਉਂਦਾ ਤਾਂ ਉਹਦੇ ਕੌਮੀਅਤ ਦੇ ਖਾਨੇ ਦੇ ਵਿੱਚ ਭਾਰਤੀ ਲਿਖਿਆ ਜਾਂਦਾ, ਮਨੋਂ ਆਪਣੇ ਆਪ ਨੂੰ ਪੰਜਾਬੀ ਸਮਝਦਾ, ਗੈਰ ਪੰਜਾਬੀ ਭਾਰਤੀ ਨਾਲੋਂ ਉਹ ਪਾਕਿਸਤਾਨੀ ਪੰਜਾਬੀ ਨਾਲ ਵਧੇਰੇ ਨੇੜਤਾ ਮਹਿਸੂਸ ਕਰਦਾ। ਪਰ ਇਹ ਬੜੀ ਸਥਿਤੀ ਵਿਚਿੱਤਰ ਆ ਕਿ ਜੇ ਉਹਨੂੰ ਕੋਈ ਪਾਕੀ ਕਹਿ ਦੇਵੇ ਤਾਂ ਫਿਰ ਉਹਨੂੰ ਗੁੱਸਾ ਵੀ ਉਨਾ ਹੀ ਲੱਗਦਾ ਕਿ ਮੈਂ ਪਾਕਿਸਤਾਨ ਤੋਂ ਨਹੀਂ ਹਾਂ, ਮੈਂ ਪਾਕੀ ਨਹੀਂ ਹਾਂ। ਅੱਗੋਂ ਉਹ ਕਦੇ ਆਪਣੀ ਜਿਹੜੀ ਪਛਾਣ ਉਹ ਧਰਮ ਨਾਲ ਕਰਾਉਂਦਾ, ਕਦੇ ਆਪਣੀ ਪਛਾਣ ਜਾਤ ਨਾਲ ਕਰਾਉਂਦਾ। ਪਹਿਲੇ ਜ਼ਮਾਨੇ ਦੇ ਵਿੱਚ ਇਹ ਗੱਲ ਠੀਕ ਸੀ ਕਿ ਜਦੋਂ ਬੰਦੇ ਇੱਕੋ ਇਲਾਕੇ ਦੇ ਵਿੱਚ ਰਹਿੰਦੇ ਸੀ, ਇੱਕੋ ਭਾਸ਼ਾ ਨੂੰ ਇੱਕੋ ਭਾਸ਼ਾ ਬੋਲਦੇ ਸੀ, ਇੱਕੋ ਧਰਮ ਦੇ ਬੰਦੇ ਸੀ, ਉਸ ਸਮੇਂ ਤੇ ਇਹ ਪਛਾਣ ਠੀਕ ਸੀ। ਪਰ ਹੁਣ ਸਾਡੀ ਸਥਿਤੀ ਇਹ ਹੈ ਕਿ ਪਛਾਣਾਂ ਸਾਡੀਆਂ ਰਲੀਆਂ ਮਿਲੀਆਂ ਪਈਆਂ। ਇਹਨਾਂ ਪਛਾਣਾਂ ਦੇ ਵਿੱਚ ਸਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਜਿਹੜੀ ਪੰਜਾਬੀ ਦੀ ਪਛਾਣ ਆ ਜਾਂ ਕਿਸੇ ਵੀ ਵਿਅਕਤੀ ਦੀ ਪਛਾਣ ਆ ਉਹ ਅਜੋਕੇ ਸਮੇਂ ਦੇ ਵਿੱਚ ਬਹੁ ਪਰਤੀ ਆ, ਮਲਟੀ ਆਈਡੈਂਟੀ ਆ। ਇਹਨੂੰ ਅਸੀਂ ਫ੍ਰੈਕਚਰਡ ਆਈਡੈਂਟੀ ਨਾ ਕਹੀਏ, ਤਰਲ ਆ ਇਹ ਬੜਾ ਲੰਮਾ ਸਮਾਂ ਸੀ। ਇਹਨੂੰ ਇਹ ਕਹਿੰਦੇ ਰਹੇ ਕਿ ਬੰਦਾ ਅੰਦਰੋਂ ਹੋਰ ਆ ਬਾਹਰੋਂ ਹੋਰ ਆ, ਇਹਨੂੰ ਮਾੜਾ ਜਿਹਾ ਕਰੋਏਦ ਕੇ ਦੇਖੋ, ਇਹਦੇ ਅੰਦਰੋਂ ਤਾਂ ਜੱਟ ਨਿਕਲਿਆ ਹੋਊਗਾ, ਇਹਦੇ ਅੰਦਰੋਂ ਤਾਂ ਸਿੱਖ ਨਿਕਲਿਆ ਹੋਊਗਾ, ਇਹਦੇ ਅੰਦਰੋਂ ਤਾਂ ਕਾਮਰੇਡ ਨਿਕਲਿਆ ਹੋਊਗਾ। ਸ਼ਾਇਦ ਬੰਦਾ ਹੁੰਦਾ ਹੀ ਇਸ ਤਰ੍ਹਾਂ ਦਾ ਹੈ। ਸਾਨੂੰ ਮਲਟੀ ਆਈਡੈਂਟੀ ਬਾਰੇ ਜ਼ਰੂਰ ਸੋਚਣਾ ਪਵੇਗਾ ਕਿ ਕੀ ਸਾਡੀ ਜਿਹੜੀ ਆਈਡੈਂਟੀ ਆ ਉਹ ਇਸ ਕਿਸਮ ਦੀ ਹੀ ਤਾਂ ਨਹੀਂ ਹੈ। ਉਸ ਨੂੰ ਬਹੁਤ ਸਾਨੂੰ ਇਸ ਕਰਕੇ ਸੋਚਣਾ ਪੈ ਰਿਹਾ
ਕਿ ਜਿਸ ਸੱਭਿਆਚਾਰਾਂ ਦੇ ਵਿੱਚ ਸਾਡੇ ਪ੍ਰਵਾਸੀ ਭਰਾ ਰਹਿ ਰਹੇ ਆ, ਤਾਂ ਉਹਦੇ ਵਿੱਚ ਇਹ ਆ ਕਿ ਕਦੇ ਤਾਂ ਇਹ ਕਿਹਾ ਜਾਂਦਾ ਕਿ ਸਾਡੇ ਵਿੱਚ ਹੀ ਢਲ ਜਾਓ, ਵਿਲੀਨੀਕਰਨ ਦੀ ਜਿਹੜੀ ਪ੍ਰਕਿਰਿਆ ਹੈਗੀ ਆ ਕਿ ਸਾਡੇ ਵਿੱਚ ਅਸਿਮੀਲੇਟ ਹੋ ਜਾਓ। ਪਰ ਜਦੋਂ ਬੰਦਾ ਅਸਿਮੀਲੇਟ ਹੋਣ ਦੀ ਕੋਸ਼ਿਸ਼ ਕਰਦਾ, ਇੱਕ ਖਾਸ ਪੜਾਅ ਤੋਂ ਬਾਅਦ ਕਹਿ ਦਿੱਤਾ ਜਾਂਦਾ ਕਿ ਇਦੋਂ ਵੱਧ ਅਸੀਂ ਅਸਿਮੀਲੇਟ ਵੀ ਨਹੀਂ ਹੋਣ ਦਿੱਤਾ ਜਾਂਦਾ, ਤਾਂ ਉਦੋਂ ਫਿਰ ਇਹ ਕਦੇ ਇਹ ਕਿ ਬਹੁਤ ਸੱਭਿਆਚਾਰਵਾਦ ਦੀ ਗੱਲ ਆਉਂਦੀ ਆ ਕਿ ਇਹ ਗੁਲਦਸਤੇ ਵਾਂਗ ਹੁੰਦੇ ਆ। ਪਰ ਇਹਨਾਂ ਪਛਾਣਾਂ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਕਿ ਇਹ ਪਛਾਣਾਂ ਜਿਹੜੀਆਂ ਉਹ ਕੁਛ ਪਛਾਣਾਂ ਅਜਿਹੀਆਂ ਜਿਹੜੀਆਂ ਪੰਜਾਬੀਆਂ ਨੂੰ ਵੰਡਦੀਆਂ, ਉਹ ਧਰਮ ਦੇ ਆਧਾਰ ਤੇ ਆ ਜਾਂ ਜਾਤ ਦੇ ਆਧਾਰ ਤੇ ਆ ਜਾਂ ਇਲਾਕੇ ਦੇ ਆਧਾਰ ਤੇ ਆ। ਇਹ ਪਛਾਣਾਂ ਨੂੰ ਛੱਡ ਕੇ ਇਹ ਹੀ ਆ ਕਿ ਅਸੀਂ ਹਰ ਉਸ ਪੰਜਾਬੀ ਦਾ ਸਨਮਾਨ ਕਰਨਾ ਲੋਚਦੇ ਹਾਂ, ਹਰ ਉਸ ਪੰਜਾਬੀ ਨੂੰ ਪੰਜਾਬੀ ਮੰਨਦੇ ਹਾਂ ਜਿਹੜੇ ਕਦੇ ਪੰਜਾਬ 'ਚ ਰਹਿੰਦੇ ਰਹੇ ਨੇ, ਜਿਹੜੇ ਪੰਜਾਬੀ ਭਾਸ਼ਾ ਬੋਲਦੇ ਨੇ ਜਾਂ ਬੋਲਣ ਦੀ ਕੋਸ਼ਿਸ਼ ਕਰਦੇ ਨੇ, ਜਾਂ ਪੰਜਾਬੀ ਸੱਭਿਆਚਾਰ ਨੂੰ ਅਪਣਾਉਂਦੇ ਨੇ ਜਾਂ ਪੰਜਾਬੀ ਕਦਰਾਂ ਕੀਮਤਾਂ ਨੂੰ ਸਥਾਪਿਤ ਕਰਦੇ ਨੇ, ਉਹਨਾਂ ਸਭ ਨੂੰ ਅਸੀਂ ਪੰਜਾਬੀ ਡਾਇਸਪੋਰਾ ਦੇ ਵਿੱਚ ਰੱਖਦੇ ਹਾਂ। ਸਾਡੀਆਂ ਅੰਦਰਲੀਆਂ ਉਹ ਕਿਹੜੀਆਂ ਕਦਰਾਂ ਕੀਮਤਾਂ ਹੈ ਕਿ ਜਿਨ੍ਹਾਂ ਬਾਰੇ ਸਾਨੂੰ ਜਾਣਨਾ ਚਾਹੀਦਾ, ਉਹ ਮੈਨੂੰ ਜਾਪਦਾ ਕਿ ਉਹ ਭਾਸ਼ਾ ਵੀ ਵੱਡੀ ਚੀਜ਼ ਆ, ਸਾਡਾ ਸੱਭਿਆਚਾਰ ਵੀ ਵੱਡਾ ਚੀਜ਼ ਆ, ਸਭ ਤੋਂ ਵੱਡੀ ਗੱਲ ਸਾਡੀ ਕੀਮਤ ਪ੍ਰਬੰਧ ਆ ਕਿ ਜਿਸ ਕੀਮਤ ਪ੍ਰਬੰਧ ਦੇ ਵਿੱਚ ਅਸੀਂ ਰਹਿਣਾ। ਇਹ ਸਾਨੂੰ ਚੰਗੀ ਤਰ੍ਹਾਂ ਲੱਗਦਾ ਕਿ ਪੰਜਾਬੀ ਡਾਇਸਪੋਰੇ ਦੀਆਂ ਪੰਜਾਬ ਤੋਂ ਬਹੁਤ ਸਾਰੀਆਂ ਆਸਾਂ ਹੈ, ਉਹਨਾਂ ਵਿੱਚੋਂ ਇੱਕ ਆਸ ਤਾਂ ਇਹ ਵੀ ਆ ਕਿ ਸਾਡੀ ਜਾਇਦਾਦ ਸੁਰੱਖਿਅਤ ਰਹੇ। ਇਹ ਕੰਮ ਤਾਂ ਸਰਕਾਰ ਦਾ ਹੈ, ਪਰ ਇਸ ਦੇ ਬਾਵਜੂਦ ਜੇ ਜਾਇਦਾਦ ਦੱਬਣ ਦੇ ਡਰੋਂ ਪੰਜਾਬੀ ਜਿਹੜੇ ਰਹਿੰਦੇ ਆ ਉਹ ਪੰਜਾਬ ਦੇ ਵਿੱਚ ਜ਼ਮੀਨ ਹੀ ਵੇਚ ਗਏ, ਤਾਂ ਫਿਰ ਮੂਲ ਜਿਹੜਾ ਦੇਸ਼ ਆ ਉਹਦੇ ਨਾਲ ਉਹਨਾਂ ਦਾ ਸੰਬੰਧ ਕਿੰਨਾ ਕਰ ਹੋਊਗਾ। ਦੂਸਰਾ ਜਿਹੜਾ ਹੈਗਾ ਕਿ ਉਹਨਾਂ ਨੂੰ ਇਹ ਕਿ ਜਦੋਂ ਅਸੀਂ ਆਉਣੇ ਆ ਸਾਡੀਆਂ ਸੁੱਖ ਸੁਵਿਧਾਵਾਂ ਦਾ ਖਿਆਲ ਰੱਖਿਆ ਜਾਵੇ, ਜਿਹਦੇ ਵਿੱਚ ਸਿਹਤ ਵੀ ਆ, ਜਿਹਦੇ ਵਿੱਚ ਟ੍ਰੈਫਿਕ ਵੀ ਆ, ਜਿਹਦੇ 'ਚ ਅਮਨ ਕਾਨੂੰਨ ਵੀ ਆ, ਬਹੁਤ ਉਹਨਾਂ ਦੀਆਂ ਵੀ ਕੁਛ ਆਸਾਂ ਨੇ। ਉਹਨਾਂ ਦੀਆਂ ਆਸਾਂ ਠੀਕ ਆ ਕਿ ਸਾਡਾ ਦੇਸ਼ ਤਰੱਕੀ ਕਰੇ, ਭ੍ਰਿਸ਼ਟਾਚਾਰ ਦੇਸ਼ ਦੇ ਤੌਰ 'ਤੇ ਨਾ ਜਾਣਿਆ ਜਾਵੇ, ਉਹਨਾਂ ਦੀਆਂ ਵੀ ਆਸਾਂ, ਪਰ ਪੰਜਾਬ ਵਿੱਚ ਨਹੀਂ ਰਹਿੰਦੇ ਲੋਕਾਂ ਦੀਆਂ ਵੀ ਕੁਝ ਆਸਾਂ ਨੇ। ਉਹਨਾਂ 'ਚੋਂ ਇੱਕ ਤਾਂ ਆਸ ਇਹੀ ਹੈ ਕਿ ਉਹ ਬਾਹਰ ਭਾਈ ਸਾਡੇ ਦੇਸ਼ ਦੀ, ਆਪਣੇ ਦੇਸ਼ ਦੀ, ਪੁਰਾਣੇ ਦੇਸ਼ ਦੀ ਸ਼ੋਭਾ ਕਰਨ। ਦੂਜੀ ਇਹ ਵੀ ਆਸ ਆ ਕਿ ਜੇ ਉਹਨਾਂ ਕੋਲ ਵਾਧੂ ਸਰਮਾਇਆ ਤਾਂ ਉਹ ਦੇਸ਼ ਵਿੱਚ ਲਾਉਣ। ਇਹ ਵੀ ਆਸ ਆ ਕਿ ਜੇ ਉਹਨਾਂ ਨੇ ਬਾਹਰ ਜਾ ਕੇ ਕੋਈ ਸਿੱਖਿਆ ਹਾਸਲ ਕੀਤੀ ਆ ਜਾਂ ਨਵਾਂ ਹੁਨਰ ਹਾਸਲ ਕੀਤਾ, ਉਹ ਆਪਣੇ ਦੇਸ਼ ਲਈ, ਆਪਣੇ ਕੌਮ ਲਈ, ਆਪਣੇ ਭਾਈਚਾਰੇ ਦੇ ਲਈ ਲਾਉਣ। ਇੱਕ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਜਿਹੜਾ ਆਮ ਉਹਨਾਂ 'ਤੇ ਦੋਸ਼ ਲਾਇਆ ਜਾਂਦਾ ਕਿ ਉਹ ਪੰਜਾਬੀ ਲੋਕਾਂ ਦਾ ਹੀ ਵੱਧ ਸ਼ੋਸ਼ਣ ਕਰਦੇ ਆ, ਚਾਹੇ ਵਿਆਹ ਦੇ ਰੂਪ ਦੇ ਵਿੱਚ ਆ ਅਤੇ ਚਾਹੇ ਉਹ ਉੱਥੇ ਜਾਣ ਤੋਂ ਬਾਅਦ ਕੰਮ ਦੀਆਂ ਹਾਲਤਾਂ ਦੇ ਵਿੱਚ ਆ। ਤਾਂ ਦੋਹਾਂ ਧਿਰਾਂ ਦੀ ਇੱਕ ਆਪਸੀ ਸਮਝਦਾਰੀ ਬਣਾਉਣ ਦੀ ਜ਼ਰੂਰਤ ਹੈਗੀ ਆ। ਇਹ ਲੱਗਦਾ ਕਿ ਜੇ ਅਸੀਂ ਇਹਨਾਂ ਨੂੰ ਪੰਜਾਬੀਆਂ ਦੀਆਂ ਸਾਨੂੰ ਸਕਸੈਸ ਸਟੋਰੀ ਆ ਜਿਹੜੀਆਂ ਕਾਮਯਾਬੀ ਦੀਆਂ ਕਹਾਣੀਆਂ ਉਹ ਸਾਨੂੰ ਬਹੁਤ ਹਾਂਟ ਕਰਦੀਆਂ, ਉਹ ਕਾਮਯਾਬੀ ਦੀਆਂ ਜਿਹੜੀਆਂ ਕਹਾਣੀਆਂ ਉਹ ਇਹ ਕਿ ਜਿਹੜੀਆਂ ਅਸੀਂ ਬਾਹਰ ਜਾ ਕੇ ਸਿਆਸਤ ਦੇ ਵਿੱਚ ਮੱਲਾਂ ਮਾਰੀਆਂ, ਉਹ ਚਾਹੇ ਉੱਜਲ ਦਸਾਂਝ ਹੋਵੇ, ਚਾਹੇ ਰੂਬੀ ਢੱਲਾ ਹੋਵੇ, ਚਾਹੇ ਬਲ ਗੋਸਲ ਹੋਵੇ, ਚਾਹੇ ਟੈਮ ਉੱਕੜ ਹੋਵੇ, ਚਾਹੇ ਮੋਹ ਸੋਤਾ ਹੋਵੇ, ਚਾਹੇ ਦਵਿੰਦਰ ਸ਼ੋਰੀ ਹੋਵੇ, ਚਾਹੇ ਗੁਰਮੰਤ ਗਰੇਵਾਲ ਹੋਵੇ, ਚਾਹੇ ਬੌਬੀ ਜਿੰਦਲ ਹੋਵੇ, ਚਾਹੇ ਜਗਰੂਪ ਬਰਾੜ ਹੋਵੇ, ਉਹ ਤੇ ਸਾਡੇ ਕੋਲ ਇੱਕ ਲੰਮੀ ਲਿਸਟ ਆ। ਚਾਹੇ ਬੰਦਿਆਂ ਨੇ ਆਰਥਿਕ ਖੇਤਰਾਂ ਵਿੱਚ ਮੱਲਾਂ ਮਾਰੀਆਂ ਹੋਣ, ਚਾਹੇ ਉਹ ਸਵਰਾਜਪਾਲ ਹੋਣ ਤੇ ਚਾਹੇ ਉਹ ਦਿਦਾਰ ਸਿੰਘ ਬੈਂਸ ਹੋਣ ਤੇ ਚਾਹੇ ਦਰਸ਼ਨ ਸਿੰਘ ਧਾਲੀਵਾਲ ਹੋਣ ਤੇ ਚਾਹੇ ਬਹੁਤ ਸਾਰੇ ਹੋਰ ਬੰਦੇ ਨੇ, ਚਾਹੇ ਵਿਗਿਆਨ ਦੇ ਖੇਤਰ 'ਚ ਕਿਸੇ ਨੇ ਮੱਲਾਂ ਮਾਰੀਆਂ ਹੋਣ, ਉਹ ਚਾਹੇ ਸੁਨੀਤਾ ਹੋਵੇ, ਚਾਹੇ ਉਹ ਕਲਪਨਾ ਹੋਵੇ, ਚਾਹੇ ਉਹ ਸੁਨੀਲ ਧੁੱਲੀ ਹੋਵੇ, ਚਾਹੇ ਡਾਕਟਰੀ ਦੇ ਖੇਤਰ ਵਿੱਚ ਹੋਣ ਮਰਵਾਹਾ ਸਾਹਿਬ, ਚਾਹੇ
ਨਰਿੰਦਰ ਕੰਪਾਨੀ ਹੋਣ, ਚਾਹੇ ਫਿਲਮਾਂ ਦੇ ਖੇਤਰ ਵਿੱਚ ਹੋਣ, ਚਾਹੇ ਕਲਾ ਦੇ ਖੇਤਰ ਵਿੱਚ ਹੋਣ, ਚਾਹੇ ਉਹ ਗੁਰਿੰਦਰ ਚੱਡਾ ਹੋਵੇ, ਚਾਹੇ ਮੀਰਾ ਸਿਆਲ, ਸਾਨੂੰ ਉਹਨਾਂ 'ਤੇ ਮਾਣ। ਅਸੀਂ ਉਹਨਾਂ ਦੀਆਂ ਸਕਸੈਸ ਸਟੋਰੀਜ਼ ਨੂੰ ਜਾਣਦੇ ਹਾਂ, ਅਸੀਂ ਉਹਨਾਂ ਦੇ ਕਾਮਯਾਬੀ ਨੂੰ ਜਾਣਦੇ ਹਾਂ, ਪਰ ਸਾਨੂੰ ਉਹਨਾਂ ਦਾ ਵੀ ਖਿਆਲ ਰੱਖਣਾ ਪਊਗਾ ਕਿ ਜਿਹੜੇ ਰਾਹਾਂ 'ਚ ਹੀ ਰਹਿ ਗਏ, ਜਿਹੜੇ ਮਾਲਟਾ ਦੇ ਵਿੱਚ ਡੁੱਬ ਹੋਏ, ਉਹ ਵੀ ਸਾਨੂੰ ਸੋਚਣਾ ਪਊਗਾ ਉਹਨਾਂ ਬਾਰੇ, ਉਹਨਾਂ ਦੀ ਪਛਾਣ ਬਾਰੇ ਵੀ ਸੋਚਣਾ ਪਊਗਾ ਜਿਹੜੇ ਬਾਰਡਰ ਪਾਰ ਕਰਦੇ ਗੋਲੀਆਂ ਨਾਲ ਮਾਰੇ ਜਾਂਦੇ ਆ। ਸਾਨੂੰ ਉਹਨਾਂ ਬਾਰੇ ਵੀ ਸੋਚਣਾ ਪਊਗਾ ਜਿਹੜੇ ਜਾਅਲੀ ਢੰਗ ਨਾਲ ਜਾ ਕੇ ਆਪਦਾ ਪਾਸਪੋਰਟ ਹੀ ਸਾੜ ਬੈਠਦੇ ਆ। ਸਾਨੂੰ ਉਹਨਾਂ ਬਾਰੇ ਵੀ ਸੋਚਣਾ ਪਊਗਾ ਜਿਹੜੇ ਜਾਅਲੀ ਢੰਗ ਨਾਲ ਚਲੇ ਜਾਂਦੇ ਆ ਅਤੇ ਉਸ ਤੋਂ ਬਾਅਦ ਆਪਦੀ ਬਾਇਓਮੈਟ੍ਰਿਕ ਜਿਹੜੀ ਪਛਾਣ ਆ, ਉਂਗਲਾਂ ਜਿਹੜੀਆਂ ਆਪਦੇ ਤਵੇ 'ਤੇ ਸਾੜ ਸਾੜ ਕੇ ਆਪਦੀ ਪਛਾਣ ਗਵਾਉਂਦੇ ਆ, ਉਹਨਾਂ ਦਾ ਵੀ ਸਾਨੂੰ ਓਨਾ ਹੀ ਧਿਆਨ ਰੱਖਣ ਦੀ ਜ਼ਰੂਰਤ ਆ। ਉਹ ਬੇਬੋਲ ਨੇ, ਉਹ ਬੇਪਛਾਣ ਨੇ। ਸਾਡਾ ਇਹ ਹੈ ਅੱਜ ਦੀ ਕਾਨਫਰੰਸ, ਉਹਨਾਂ ਨੂੰ ਵੀ ਆਵਾਜ਼ ਦੇਣ ਦਾ ਯਤਨ ਆ ਕਿ ਉਹ ਸਕਸੈਸ ਸਟੋਰੀ ਨੂੰ ਤਾਂ ਅਸੀਂ ਜਾਣਦੇ ਹਾਂ, ਜਿਹੜੇ ਰਾਹਾਂ 'ਚ ਰਹਿ ਗਏ ਉਹਨਾਂ ਦੀ ਪਛਾਣ ਵੀ ਅਸੀਂ ਕਰਨੀ ਆ, ਉਹਨਾਂ ਦੀ ਪੈਰ ਵੀ ਅਸੀਂ ਦੱਬਣੀ ਆ। ਬਿਨਾਂ ਸ਼ੱਕ ਜਿਹਨਾਂ ਦੇਸ਼ਾਂ ਦਾ ਖੇਤਰਫਲ ਵੱਡ ਆ, ਆਬਾਦੀ ਵੱਧ ਆ, ਆਮਦਨ ਵੱਧ ਆ, ਉਹਨਾਂ ਵਿੱਚ ਜਿਹਨਾਂ ਦੇਸ਼ਾਂ ਦੇ ਵਿੱਚ ਆਬਾਦੀ ਘੱਟ ਆ, ਉਹਨਾਂ ਦੇਸ਼ਾਂ ਵੱਲ ਨੂੰ ਪ੍ਰਵਾਸ ਇਹ ਹੋਣਾ ਹੀ ਹੋਣਾ ਹੈ। ਕਿੰਨੇ ਮਰਜ਼ੀ ਇਮੀਗ੍ਰੇਸ਼ਨ ਕਾਨੂੰਨ ਆ ਜਿਹੜੇ ਉਹ ਸਖ਼ਤ ਹੋ ਜਾਣ, ਜਿੰਨੀਆਂ ਮਰਜ਼ੀ ਪਾਬੰਦੀਆਂ ਲਾ ਲਈਆਂ ਜਾਣ, ਇਹ ਰੁਕ ਨਹੀਂ ਸਕਦਾ। ਧਰਤੀ ਨੂੰ ਇਹ ਮੁੜ ਵੰਡਣ ਦਾ ਮਸਲਾ ਹੈ, ਇਹ ਹੋਣਾ ਹੋਣਾ, ਆਉਣ ਵਾਲੇ ਸਮੇਂ ਦੇ ਵਿੱਚ ਇਹ ਵਧਣਾ ਹੀ ਵਧਣਾ। ਇਹ ਪ੍ਰਵਾਸ ਤਾਂ ਵਧੂਗਾ, ਪਰ ਇਹ ਜਦੋਂ ਪ੍ਰਵਾਸ ਵਧੂਗਾ ਤਾਂ ਟਕਰਾਓ ਵੀ ਵਧੂਗਾ। ਉਸ ਟਕਰਾਓ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਪੰਜਾਬੀ ਭਾਈਚਾਰੇ ਨਾਲ ਇੱਕਜੁੱਟ ਵੀ ਹੋਣਾ ਅਤੇ ਇੱਕਜੁੱਟ ਹੋ ਕੇ ਜਿਸ ਦੇਸ਼ ਵਿੱਚ ਰਹਿ ਰਹੇ ਆ ਉਹਦੇ ਕਾਨੂੰਨਾਂ ਨੂੰ ਵੀ ਮੰਨਣਾ, ਉਹਦੇ ਅੰਦਰ ਵੀ ਰਹਿਣਾ, ਪਰ ਉਹਦੇ ਅੰਦਰ ਰਹਿੰਦਿਆਂ ਰਹਿੰਦਿਆਂ ਆਪਣੀ ਜਿਹੜੀ ਸੱਭਿਆਚਾਰਕ ਸ਼ਨਾਖਤ ਆ ਉਹ ਰਹਿਣੀ ਪਊਗੀ। ਜਿਸ ਕਿਸਮ ਦਾ ਹੁਣ ਕਾਰਪੋਰੇਟੀ ਜਗਤ ਆ ਜਾਂ ਜਿਸ ਕਿਸਮ ਦਾ ਹੁਣ ਸੰਸਾਰ ਮੰਡੀ ਚੱਲ ਰਹੀ ਆ, ਉਸ ਮੰਡੀ ਦੇ ਵਿੱਚ ਮੈਟਰੋ ਸਿਟੀ ਦੀ ਤਾਂ ਕਰੈਕਟਰ ਹੀ ਹੈ ਕਿ ਉੱਥੇ ਸਾਰੇ ਦੇਸ਼ਾਂ ਦੇ ਲੋਕਾਂ ਨੇ ਵਸਣਾ ਹੀ ਵਸਣਾ। ਪਰ ਅਮਨ ਚੈਨ ਤਾਂ ਹੀ ਬਣਿਆ ਰਹੂਗਾ ਜੇ ਅਸੀਂ ਦੂਸਰੇ ਦੀ ਪਛਾਣ ਨੂੰ, ਚਾਹੇ ਉਹ ਕੋਈ ਪਗੜੀ ਵਾਲਾ ਹੋਵੇ, ਚਾਹੇ ਬਿਨਾਂ ਪਗੜੀ ਵਾਲਾ ਹੋਵੇ, ਚਾਹੇ ਕੋਈ ਕਾਲਾ ਹੋਵੇ, ਚਾਹੇ ਗੋਰਾ ਹੋਵੇ, ਜੇ ਅਸੀਂ ਦੂਸਰੇ ਦੇ ਪਛਾਣ ਨੂੰ, ਦੂਸਰੇ ਦੇ ਧਰਮ ਨੂੰ, ਦੂਸਰੇ ਦੇ ਰੰਗ ਨੂੰ ਪਛਾਣਾਂਗੇ, ਪਰਵਾਨਾਂਗੇ ਅਤੇ ਉਸਨੂੰ ਓਨਾ ਹੀ ਸਤਿਕਾਰ ਦੇਵਾਂਗੇ, ਤਾਂ ਹੀ ਸੰਸਾਰ ਦੇ ਵਿੱਚ ਅਮਨ ਰਹਿ ਸਕਦਾ, ਅਮਨ ਹੋ ਸਕਦਾ। ਇਸ ਲਈ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਕਾਨਫਰੰਸ ਦਾ ਅੱਜ ਦਾ ਮੰਤਵ ਮੁੱਖ ਤੌਰ 'ਤੇ ਉਹ ਸਮਝ ਬਣਾਉਣੀ ਹੈ ਕਿ ਪੰਜਾਬੀ ਦੀ ਪਛਾਣ ਕੀ ਹੈ, ਇਹਦੇ ਲਈ ਚੇਤਨਾ ਜਗਾਉਣੀ ਹੈ ਅਤੇ ਹਰ ਦੇਸ਼ ਦੇ ਪ੍ਰਬੰਧ ਅਨੁਸਾਰ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਅਤੇ ਸਹਿਤ ਅਤੇ ਸੱਭਿਆਚਾਰ ਨੂੰ ਥਾਂ ਦਵਾਉਣੀ ਹੈ। ਸਰਕਾਰੀ ਸਥਾਨਾਂ ਵਿੱਚ ਆਬਾਦੀ ਅਨੁਸਾਰ ਭਾਸ਼ਾ ਦਾ ਸਥਾਨ ਨਿਯਤ ਕਰਨਾ ਹੈ ਅਤੇ ਸਮੁੱਚੇ ਭਾਈਚਾਰੇ ਨੂੰ ਸੱਭਿਆਚਾਰਕ ਤੌਰ 'ਤੇ ਇੱਕਜੁੱਟ ਕਰਨਾ ਹੈ। ਇਸ ਗੱਲ ਦੇ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਜ਼ਰੂਰਤ ਆ। ਮੈਂ ਇਹ ਜਿਹੜੀ ਗੱਲਬਾਤ ਹੈ ਇਸ ਨਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਖਤਮ ਕਰਨਾ ਚਾਹੁੰਦਾ ਕਿ ਲੱਖ ਪਰਦੇਸੀ ਹੋਈਏ, ਆਪਣਾ ਦੇਸ਼ ਨਹੀਂ ਭੰਡੀ ਦਾ, ਜਿਹੜੇ ਦੇਸ਼ ਦਾ ਖਾਈਏ ਉਹਦਾ ਬੁਰਾ ਨਹੀਂ। ਧੰਨਵਾਦ।